नाम शुभदीप सिद्धू है जी। शुभदीप सिद्धू। हाँ जी। की शौक ने थोड़े? मेरा ही लिखना है ते गाना है। मेरा पीछे ये गाना है लसंस निंजा जी नाल। ओके सुनाओ जी। सुनाओ। ओ कागजी बनाउदे जोत नाल दे फोकी ठा ठा शिकार नहीं होवा दे। ओ कागजी बनाउदे जोत नाल दे फोकी ठा ठा शिकार नहीं होवा दे। ओ जीने चकना किसे नु ओ बरंट नहीं ओ लेंदे जीने तेरनिया का ओ लसंस नहीं ओ लेंदे जीने तेरनिया। दोस्तों सिद्धू मूसेवाला चाहे छोटी उम्र विच ही तुर गया अते उसने गाया भी सिर्फ 4-5 साल ही जिथे थोड़े सालां विच ही उसने पंजाबी म्यूजिक इंडस्ट्री नूं तां हिला के ही रख दिता सी। उत्थे ही उसने बॉलीवुड अते हॉलीवुड विच अपनी धक पाई सी पर इस दे पिछे उसकी बड़े सालां दी मेहनत सी। सिद्धू मूसेवाले की एक खासियत सी कि वह अपने सारे गाने आप लिखता सी। उसने अज तक किसी होर का लिखा गाना नहीं गाया सी। क्यों नहीं गाँदा सी सिद्धू मूसेवाला किसी होर का लिखा गाना? इस पिछे भी एक बड़ा कारण सी जो तुहानू इस वीडियो राही दसांगे अते नाल ही दसांगे वह केड़ा गीतकार सी जिसने सिद्धू नू अपना गीत देण तो ना कर दित्ती सी अते दुनिया क्यों सिद्धू की इन्नी फैन है तां शुरू करते हैं वीडियो। सिद्धू मूसेवाले का जन्म 11 जून 1993 नू मानसा के मूसे पिंड विच होया सी। उसका पूरा नाम शुभदीप सिंह सिद्धू सी। सिर्फ 5 साल की उम्र विच ही वह गाउण लग पिया सी अते ਇਹ ਪੜ੍ਹਾਈ ਵਿੱਚ ਵੀ ਕਾਫੀ ਵਧੀਆ ਸੀ। ਸਕੂਲ ਤੋਂ ਬਾਅਦ ਇਸ ਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ ਬੀਟੈਕ ਕੀਤੀ ਸੀ। ਹੁਣ ਆਉਂਦੇ ਹਾਂ ਅਸਲ ਮੁੱਦੇ ਤੇ ਕਿ ਸਿੱਧੂ ਆਪਣੇ ਗਾਣੇ ਆਪ ਕਿਉਂ ਲਿਖਦਾ ਸੀ। 12ਵੀਂ ਕਲਾਸ ਦੇ ਬਾਅਦ ਸਿੱਧੂ ਦਾ ਦਿਲ ਕੀਤਾ ਕਿ ਇੱਕ ਗਾਣਾ ਰਿਕਾਰਡ ਕਰਾਇਆ ਜਾਵੇ ਪਰ ਸਿੱਧੂ ਨੂੰ ਆਪ ਗਾਣਾ ਲਿਖਣਾ ਨਹੀਂ ਆਉਂਦਾ ਸੀ। ਇਸ ਲਈ ਉਸਨੇ ਕਿਸੇ ਵਧੀਆ ਗੀਤਕਾਰ ਤੋਂ ਗੀਤ ਲੈ ਕੇ ਗਾਣਾ ਗਾਉਣ ਬਾਰੇ ਸੋਚਿਆ। ਕਾਫੀ ਗੀਤਕਾਰਾਂ ਨਾਲ ਉਸਨੇ ਇਸ ਬਾਰੇ ਗੱਲ ਕੀਤੀ ਪਰ ਕੋਈ ਵੀ ਉਸਨੂੰ ਆਪਣਾ ਗੀਤ ਦੇਣ ਜਾਂ ਉਸ ਲਈ ਗੀਤ ਲਿਖਣ ਲਈ ਤਿਆਰ ਨਹੀਂ ਹੋਇਆ। ਫਿਰ ਕਾਫੀ ਕੋਸ਼ਿਸ਼ ਕਰਨ ਤੇ ਇੱਕ ਗੀਤਕਾਰ ਉਸਨੂੰ ਗੀਤ ਲਿਖ ਕੇ ਦੇਣ ਲਈ ਸਹਿਮਤ ਹੋ ਗਿਆ ਪਰ ਉਹ ਵੀ ਸਿੱਧੂ ਦਾ ਫੋਨ ਬਹੁਤ ਘੱਟ ਚੱਕਦਾ ਸੀ। ਬੜੀਆਂ ਮਿੰਨਤਾਂ ਕਰਨ ਤੇ ਇੱਕ ਦਿਨ ਉਸ ਗੀਤਕਾਰ ਨੇ ਕਿਹਾ ਕਿ ਤੂੰ ਮੇਰੇ ਪਿੰਡ ਆ ਜਾ ਅਤੇ ਗੀਤ ਲੈ ਜਾ। ਸਿੱਧੂ ਖੁਸ਼ ਹੋ ਗਿਆ ਅਤੇ ਉਹ ਬੱਸ ਰਾਹੀਂ ਉਸ ਗੀਤਕਾਰ ਦੇ ਪਿੰਡ ਪਹੁੰਚ ਗਿਆ। ਉਦੋਂ ਹੀ ਬਹੁਤ ਤੇਜ਼ ਮੀਂਹ ਪੈਣ ਲੱਗ ਪਿਆ। ਸਿੱਧੂ ਨੇ ਫੋਨ ਕਰਕੇ ਉਸ ਗੀਤਕਾਰ ਨੂੰ ਕਿਹਾ ਕਿ ਬਾਈ ਮੈਂ ਤੇਰੇ ਪਿੰਡ ਪਹੁੰਚ ਗਿਆ ਹਾਂ, ਤੂੰ ਆਪਣਾ ਘਰ ਦੱਸ ਦੇ। ਪਰ ਉਹ ਗੀਤਕਾਰ ਕਹਿੰਦਾ ਕਿ ਮੀਂਹ ਬਹੁਤ ਹੈ ਅਤੇ ਮੈਂ ਕਿਤੇ ਬਾਹਰ ਗਿਆ ਹੋਇਆ ਸੋ ਪਿੰਡ ਨਹੀਂ ਆ ਸਕਦਾ, ਤੂੰ ਅੱਜ ਮੁੜ ਜਾ, ਕਿਸੇ ਹੋਰ ਦਿਨ ਆ ਜਾਵੀਂ। ਮੀਂਹ ਕਾਰਨ ਸਿੱਧੂ ਪੂਰਾ ਭਿੱਜ ਚੁੱਕਿਆ ਸੀ। ਇਹ ਸੁਣ ਕੇ ਉਸਨੂੰ ਬਹੁਤ ਦੁੱਖ ਹੋਇਆ ਅਤੇ ਉਹ ਬਹੁਤ ਰੋਇਆ। ਉਸ ਦਿਨ ਸਿੱਧੂ ਨੇ ਫੈਸਲਾ ਕੀਤਾ ਕਿ ਜੋ ਮਰਜ਼ੀ ਹੋ ਜਾਵੇ ਉਹ ਆਪਣੇ ਗੀਤ ਆਪ ਲਿਖੇਗਾ ਅਤੇ ਕਿਸੇ ਹੋਰ ਦਾ ਲਿਖਿਆ ਗਾਣਾ ਨਹੀਂ ਗਾਵੇਗਾ। ਸੁਣਨ ਵਿੱਚ ਆਇਆ ਹੈ ਕਿ ਉਹ ਗੀਤਕਾਰ ਹੈਪੀ ਰਾਏ ਕੋਟੀ ਸੀ। ਕਹਿੰਦਾ ਜਦੋਂ ਸਿੱਧੂ ਸਟਰਗਲ ਕਰਦਾ ਸੀ ਉਹ ਕਿਸੇ ਕੋਲ ਗੀਤ ਲੈਣ ਗਿਆ ਸੀ ਕਿ ਦੇਣ ਗਿਆ ਸੀ। ਕਹਿੰਦਾ ਉਹਨੂੰ ਵਰਦੇ ਮੀਂਹ 'ਚ ਖੜਾਇਆ ਤੇ ਖੜਾ ਕੇ ਮੋੜਤਾ। ਕਹਿੰਦਾ ਉਹ ਕਲਾਕਾਰ ਹੈਪੀ ਰਾਏ ਕੋਟੀ ਸੀ। ਪਰ ਹੈਪੀ ਰਾਏ ਕੋਟੀ ਨੇ ਵੀ ਇੱਕ ਲਾਈਵ ਵਿੱਚ ਮੰਨਿਆ ਹੈ ਕਿ ਉਸਨੇ ਸਿੱਧੂ ਨੂੰ ਧੋਖਾ ਨਹੀਂ ਦਿੱਤਾ। ਇੱਕ ਮੁੰਡੇ ਨੇ ਟਿਕਟੌਕ ਪਾਈ, ਕਹਿੰਦਾ ਵੀ ਜਦੋਂ ਸਿੱਧੂ ਸਟਰਗਲ ਕਰਦਾ ਸੀ, ਕਹਿੰਦਾ ਜਦੋਂ ਮੀਂਹ ਪੈਂਦੇ 'ਚ ਉਹਨੂੰ ਕਿਸੇ ਗੀਤਕਾਰ ਨੇ ਬੋਲਿਆ ਵੀ ਉਹ ਹੈਪੀ ਰਾਏ ਕੋਟੀ ਸੀ। ਉਹ ਗੱਲ ਮੈਂ ਅੱਜ ਕਲੀਅਰ ਕਰਨ ਲੱਗਿਆ ਵੀ ਉਹ ਮੈਨੂੰ ਵੀ ਪਤਾ ਕੌਣ ਸੀ, ਸਿੱਧੂ ਨੂੰ ਤਾਂ ਪਤਾ ਹੀ ਆ ਜਦੋਂ ਮੈਨੂੰ ਸਿੱਧੂ। ਖੈਰ ਉਸ ਦਿਨ ਤੋਂ ਸਿੱਧੂ ਗਾਣਾ ਲਿਖਣ ਦੀ ਪ੍ਰੈਕਟਿਸ ਕਰਨ ਲੱਗ ਪਿਆ। ਉਸਨੇ ਆਪਣਾ ਪਹਿਲਾ ਗਾਣਾ ਲਿਖਿਆ ਲਾਇਸੈਂਸ, ਜਿਸ ਨੂੰ ਮਸ਼ਹੂਰ ਗਾਇਕ ਨਿੰਜਾ ਗਾਉਣ ਲਈ ਤਿਆਰ ਹੋ ਗਿਆ ਜੋ ਕਿ ਬਹੁਤ ਹਿੱਟ ਹੋਇਆ। ਸਿੱਧੂ ਦਾ ਦੂਜਾ ਗਾਣਾ ਦੀਪ ਜੰਡੂ ਨੇ ਗਾਇਆ ਪਰ ਸਿੱਧੂ ਨੂੰ ਸੰਤੁਸ਼ਟੀ ਨਹੀਂ ਹੋ ਰਹੀ ਸੀ ਕਿਉਂਕਿ ਉਸਦੀ ਕੋਈ ਪਹਿਚਾਣ ਨਹੀਂ ਬਣ ਰਹੀ ਸੀ ਅਤੇ ਉਹ ਆਪ ਗਾਉਣਾ ਵੀ ਚਾਹੁੰਦਾ ਸੀ। ਇਸ ਵਿੱਚ ਹੀ ਮੂਸੇਵਾਲਾ ਕੈਨੇਡਾ ਪੜ੍ਹਾਈ ਕਰਨ ਚਲਿਆ ਗਿਆ। ਉਦੋਂ ਹੀ ਉਸਨੇ ਆਪਣਾ ਪਹਿਲਾ ਗਾਣਾ ਸੋ ਹਾਈ ਰਿਕਾਰਡ ਕਰਾਇਆ ਜੋ ਕਿ ਸੁਪਰ ਹਿੱਟ ਰਿਹਾ ਅਤੇ ਸਿੱਧੂ ਮੂਸੇਵਾਲਾ ਦੀ ਦੁਨੀਆ ਵਿੱਚ ਪਹਿਚਾਣ ਬਣੀ। ਉਸਦੇ ਇਸ ਗਾਣੇ ਤੇ 483 ਮਿਲੀਅਨ ਵਿਊ ਸਨ। ਦੋਸਤੋ ਸਿੱਧੂ ਮੂਸੇਵਾਲੇ ਦੇ ਦਲੇਰ ਸੁਭਾਅ, ਬੇਵਾਕ ਗਾਉਣ ਅਤੇ ਕੰਟਰੋਵਰਸੀਆਂ ਵਿੱਚ ਰਹਿਣ ਕਾਰਨ ਹੀ ਦੁਨੀਆ ਉਸਦੀ ਇੰਨੀ ਫੈਨ ਸੀ ਅਤੇ ਹੈ ਅਤੇ ਰਹੇਗੀ ਵੀ। ਸੋ ਦੋਸਤੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਨਾਲ ਹੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ। ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਧੰਨਵਾਦ।